History of India 1200 ਤੋਂ ਲੈ ਕੇ 1750 AD ਤੱਕ ਸੈਕੰਡ ਸੈਮੈਸਟਰ ਦੀ ਗੱਲ ਕਰ ਰਹੇ ਹਾਂ ਵਹਿ ਤਾਂ ਮੈਂ ਸੈਕੰਡ ਸੈਮੈਸਟਰ ਦੇ ਸਾਰੇ ਚੈਪਟਰ ਤੁਹਾਨੂੰ ਇੱਕ ਇੱਕ ਕਰਕੇ ਐਕਸਪਲੇਨ ਕੀਤੇ ਨੇ ਉਹ ਚ ਇੰਪੋਰਟੈਂਟ ਕੁਐਸਚਨ ਦੱਸੇ ਨੇ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖਿਆ ਪਲੇਲਿਸਟ ਬਣੀ ਆ ਡਿਸਕ੍ਰਿਪਸ਼ਨ ਚ ਲਿੰਕ ਆ ਪਲੇਲਿਸਟ ਬਾਰੇ ਸ਼ੈਸ਼ਨ ਚ ਜਾ ਕੇ ਦੇਖ ਸਕਦੇ ਹੋ ਹੁਣ ਮੈਂ ਸਿਰਫ ਇੰਪੋਰਟੈਂਟ ਕੁਐਸਚਨ ਜਿਹੜੇ ਆ ਉਹ ਦੱਸੂਗਾ ਜਿਹਨੂੰ ਅਸੀਂ ਮਾਡਲ ਟੈਸਟ ਪੇਪਰ ਕਹਿੰਦੇ ਆ ਪਹਿਲਾ ਕੁਐਸਚਨ ਆ ਸਾਡੇ ਕੋਲੇ ਤਰਾਇਨ ਦੀ ਦੂਜੀ ਲੜਾਈ ਕਦੋਂ ਅਤੇ ਕਿੰਨਾ ਵਿਚਕਾਰ ਹੋਈ ਤੇ ਇਸ ਦਾ ਨਤੀਜਾ ਕੀ ਸੀ 25 ਤੋਂ 30 ਸ਼ਬਦਾਂ 'ਚ ਲਿਖਣਾ ਤੁਸੀਂ ਠੀਕ ਹੈ। ਕੋਤਬਦੀਨ ਐਬਕ ਦੀਆਂ ਦੋ ਪ੍ਰਮੁੱਖ ਵਿਰੋਧੀਆਂ ਦੇ ਨਾਮ ਲਿਖੋ। 40 ਆਵਾਰੇ ਕੀ ਜਾਣਦੇ ਹੋ? ਅਲਾਉਦੀਨ ਖਿਲਜੀ ਦੇ। ਵੈਸੇ ਇਹਨੂੰ ਖਿਲਜੀ ਵੀ ਕਹਿੰਦੇ ਆ, ਖਲਜੀ ਵੀ ਕਹਿੰਦੇ ਆ ਤੁਸੀਂ ਦੇਖ ਲਿਓ ਇੰਗਲਿਸ਼ ਦੇ ਵਿੱਚ ਕਿੱਦਾਂ ਲਿਖਿਆ ਹੋਇਆ। ਅਲਾਉਦੀਨ ਖਿਲਜੀ ਦੇ। ਅਦੀਨ ਮਿਲਟਰੀ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਮੰਗੋਲ ਹਮਲਿਆਂ ਦੀ ਜਾਂਚ ਲਈ ਬਲਬਨ ਦੁਆਰਾ ਚੁੱਕੇ ਗਏ ਦੋ ਕਦਮ। ਗਰੀਬਾਂ ਦੀ ਸਹਾਇਤਾ ਲਈ ਕੈਸ ਵਿਭਾਗ ਦੀ ਸਥਾਪਨਾ ਫਿਰੋਜ਼ ਤੁਗਲਕ ਨੇ ਕੀਤੀ ਸੀ। ਬਾਬਰ ਦੇ ਹਮਲਿਆਂ ਦੀ ਪੂਰਵ ਸੰਧਿਆ ਅਤੇ ਭਾਰਤ ਵਿੱਚ ਮੌਜੂਦ ਚਾਰ ਰਾਜਾਂ ਦੇ ਨਾਮ ਲਿਖੋ। ਅਕਬਰ ਦੇ ਸਮੇਂ ਦੋ ਇਤਿਹਾਸਕਾਰਾਂ ਦੇ ਨਾਮ ਲਿਖੋ। ਮੁਗਲਾਂ ਦੇ ਅਧੀਨ ਇੱਕ ਸੂਬੇ ਦੇ ਚਾਰ ਕਰਮਚਾਰੀਆਂ ਦੇ ਨਾਮ ਲਿਖੋ। ਤੁਸੀਂ ਜਾਤ ਤੇ ਸਵਾਰ ਬਾਰੇ ਕੀ ਜਾਣਦੇ ਹੋ? ਇਹ ਲੌਂਗ ਵਿੱਚ ਵੀ ਇੰਪੋਰਟੈਂਟ ਹੈ ਤੇ ਸ਼ਾਰਟ ਦੇ ਵਿੱਚ ਵੀ। ਠੀਕ ਹੈ। ਤੁਸੀਂ ਪੱਟਾ ਤੇ ਕਬੂਲੀਅਤ ਬਾਰੇ ਕੀ ਜਾਣਦੇ ਹੋ? ਚੌਥ ਅਤੇ ਸਰਦੇਸ਼ ਮੁਗੀ ਤੋਂ ਕੀ ਭਾਵ ਹੈ ਇਹ ਸਾਰੇ ਕੁਝ ਇੰਪੋਰਟੈਂਟ ਨੇ ਨੋਟ ਆਊਟ ਕਰ ਲਓ ਵੈਸੇ ਤਾਂ ਮੈਂ ਸਾਰੇ ਲੈਸਨਸ ਦੇ ਵਿੱਚ ਤੁਹਾਨੂੰ ਲੌਂਗ ਕੁਸ਼ਨ ਇੰਪੋਰਟੈਂਟ ਦੱਸਿਆ ਪਰ ਇਹ ਚ ਸ਼ਾਰਟ ਵੀ ਜਿਹੜਾ ਬੜਾ ਇੰਪੋਰਟੈਂਟ ਕੁਸ਼ਨ ਆ ਇਹ ਸ਼ਿਵਾਜੀ ਦੇ ਕੇਂਦਰੀ ਕੈਬਨਟ ਨੂੰ ਦਾ ਕੀ ਨਾਮ ਸੀਗਾ ਪ੍ਰਧਾਨ ਮੰਤਰੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ ਠੀਕ ਹੈ ਅਗਿਆ ਗਿਆ ਮੁਗਲਾਂ ਦੇ ਵਿਰੋਧੀ ਸ਼ਿਵਾਜੀ ਦੀ ਸਫਲਤਾ ਦੇ ਕੋਈ ਤਿੰਨ ਕਾਰਨ ਭਾਰਤ ਵਿੱਚ ਚਾਰ ਸੂਫੀ سلسلےਾਂ ਆਮ ਦੇ ਨਾਮ ਭਾਰਤ ਵਿੱਚ ਚਾਰ ਸੂਫੀ ਜਿਹੜੇ ਸਿਲਸਲੇ ਚੱਲਦੇ ਸੀ ਉਹਨਾਂ ਦੇ ਨਾਮ ਲਿਖਣੇ ਆ। ਠੀਕ ਹੈ। ਅਗਿਆ ਕੇ ਯੂਨਿਟ ਨੰਬਰ 1 ਇਹ ਚ ਬਲਬਨ ਦੇ ਦੁਆਰਾ ਉਹਦੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਗੇ ਕਦਮ। ਅਲਾਉਦੀਨ ਖਿਲਜੀ ਦੇ ਖੇਤੀਬਾੜੀ ਤੇ ਸਮਾਜ ਸੁਧਾਰ ਜਾਂ ਬਾਜ਼ਾਰ ਸੁਧਾਰਾਂ ਦੀ ਚਰਚਾ ਕਰੋ। ਯੂਨਿਟ ਨੰਬਰ 2 ਵਿਜੇਨਗਰ ਰਾਜ ਦੇ ਪ੍ਰਸ਼ਾਸਨ ਤੇ ਇੱਕ ਸੰਖੇਪ ਨੋਟ ਲਿਖੋ। ਸ਼ੇਰ ਸ਼ਾਹ ਸੂਰੀ ਦੁਬਾਰਾ ਪ੍ਰਸ਼ਾਸਨਿਕ ਪ੍ਰਾਪਤੀਆਂ ਦੀ ਚਰਚਾ ਕਰੋ। ਠੀਕ ਹੈ। ਪ੍ਰਸ਼ਾਸਨਿਕ ਚਰਚਾ ਯੂਨਨੰਬਰ 3 ਆ ਗਿਆ ਮੁਗਲਾਂ ਦੀ ਮੰصبਦਾਰੀ ਪ੍ਰਣਾਲੀ ਬਾਰੇ ਇੱਕ ਵਿਸਤ੍ਰਿਤ ਨੋਟ ਲਿਖੋ ਮੁਗਲ ਸਾਮਰਾਜ ਦੀ ਪਤਨ ਸੰਬੰਧੀ ਵੱਖ-ਵੱਖ ਸਿਧਾਂਤਾਂ ਦੀ ਆਲੋਚਨਾਤਮਕ ਪ੍ਰੀਖਣ ਕਰੋ ਅਗਿਆ ਕੀ ਯੂਨਨੰਬਰ 4 ਭਗਤੀ ਅੰਦੋਲਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਮੈਂ ਤੁਹਾਨੂੰ ਕਰਾਇਆ ਤਾਂ ਮੈਂ ਥੋੜੀ ਤੀਜੀ ਨਾਲ ਬੋਲ ਰਿਹਾ ਜਿਨ੍ਹਾਂ ਨੇ ਨੋਟ ਕਰਨੇ ਆ ਉਹ ਪਾਜ਼ ਕਰਕੇ ਨੋਟ ਕਰ ਲਓ ਠੀਕ ਹੈ ਅਗਿਆਗਾ 99 ਸਟੂਡੈਂਟ ਤਾਂ ਮੈਪ ਕਰਨਗੇ ਲੇਕਿਨ ਆਪ ਆਪ ਕੁਐਸਚਨ ਵੀ ਇੱਥੇ ਦੱਸਣਾ ਵਾ ਭਗਤੀ ਅੰਦੋਲਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਇੱਕ ਵਿਸਤ੍ਰਿਤ ਨੋਟ ਲਿਖੋ ਚਾਹ ਫਿਰ ਸੂਰਤ, ਦੋਲਤਾਬਾਦ, ਜੈਪੁਰ, ਕੂਨਾ, ਲਾਹੌਰ, ਫਤਿਹਪੁਰ ਸਿਕਰੀ, ਦਿੱਲੀ, ਉਦੈਪੁਰ ਇਹ ਜਿਹੜੇ ਹੈਗੇ ਨੇ ਸਥਾਨ ਇਹਨਾਂ ਨੂੰ ਤੁਸੀਂ ਦਰਸਾਉਣਾ ਵਾ ਮੈਪ ਦੇ ਉੱਤੇ ਜੇ ਬਤਵਤਵਾਦ ਕਮੈਂਟ ਹੋਣਗੇ ਤਾਂ ਮੈਪ ਮੈਂ ਜ਼ਰੂਰ ਕਰਾਉਂਗਾ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਮਿਲਦੇ ਆ ਅਗਲੇ ਮੌਡਲ ਟੈਸਟ ਪੇਪਰ ਦੇ ਵਿੱਚ ਧੰਨਵਾਦ